ਜਿੱਤ ਸਾਡੀ ਪੱਕੀ ਸੀ, ਬਸ ਐਲਾਨ ਹੋਣਾ ਬਾਕੀ ਸੀ, ਐਲਾਨ ਵੀ ਅੱਜ ਹੋ ਗਿਆ। ਲੋਕਾਂ ਨੇ ਜਿਹੜੀ ਸਿਹਤ ਸੁਵਿਧਾਵਾਂ ਦੇ ਨੂੰ ਦੇਖਦੇ ਹੋਏ ਲੋਕਾਂ ਨੇ ਵੋਟਾਂ ਪਾਈਆਂ ਜੀ। ਇਹ ਜਿੱਤ ਇਕੱਲੇ ਕਾਂਗਰਸ ਸਾਹਿਬ ਦੀ ਨਹੀਂ ਹੈ, ਸਾਰੇ ਵਲੰਟੀਅਰ, ਸਾਰੇ ਅਹੁਦੇਦਾਰਾਂ ਦੀ ਹੈ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਪਾਰਟੀ ਲਈ ਮਿਹਨਤ ਕੀਤੀ ਹੈ। ਅਨਮੋਲ ਗਗਨ ਜੀ ਦਾ ਅਕਾਲ ਹੈ, ਇਸ ਕਰਕੇ ਆਪ ਦੀ ਪਾਰਟੀ ਅਨੰਦ ਪਾਤਸ਼ਾਹ ਤੋਂ ਜਿੱਤ ਹੋਈ ਹੈ। ਜਿੱਤ ਸਾਡੀ ਪੱਕੀ ਸੀ, ਬਸ ਐਲਾਨ ਹੋਣਾ ਬਾਕੀ ਸੀ, ਐਲਾਨ ਵੀ ਅੱਜ ਹੋ ਗਿਆ। ਇਹ ਪਬਲਿਕ ਦੀ ਜਿੱਤ ਹੋਈ ਹੈ, ਲੋਕਾਂ ਦੀ ਜਿੱਤ ਹੋਈ ਹੈ, ਜਿਹੜੀ ਇਹ ਜਿੱਤ ਹੈ ਸਾਰੇ ਪੰਜਾਬ ਦੀ ਜਿੱਤ ਹੈ, ਪਬਲਿਕ ਜਿੱਤੀ ਅੱਜ, ਚਾਹੇ ਕਿਤੇ ਵੀ ਜਿੱਤੀ ਹੈ ਜੀ, ਸਾਡੀਆਂ ਚਾਰ ਆਪਣੀਆਂ ਤਿੰਨ ਜਗ੍ਹਾ ਤੋਂ ਅਸੀਂ ਜਿੱਤੇ ਹੈ ਜੀ। ਬਾਕੀ ਜਿਹੜਾ ਫਤਵਾ ਹੈ ਲੋਕਾਂ ਦਾ ਸਾਨੂੰ ਮਨਜ਼ੂਰ ਹੈ ਜੀ। ਜੋ ਆਪ ਪਾਰਟੀ ਦੀ ਜਿੱਤ ਹੋਈ ਹੈ, ਸਾਡੇ ਸ਼ਹਿਰ ਦੇ ਜਿੰਨੇ ਵੀ MC ਸਾਹਿਬਾਨ ਹੈ ਉਹਨਾਂ ਨੇ ਯਾਦ ਨਹੀਂ ਕਰਕੇ ਮਿਹਨਤ ਕਰਕੇ ਅਨਮੋਲ ਗਗਨ ਜੀ ਦਾ ਸਾਥ ਦਿੱਤਾ ਹੈ, ਇਸ ਕਰਕੇ ਆਪ ਦੀ ਪਾਰਟੀ ਅਨੰਦ ਪਾਤਸ਼ਾਹ ਤੋਂ ਜਿੱਤ ਹੋਈ ਹੈ। ਅਤੇ ਸਾਰੇ ਸੰਸਾਰ ਪੰਜਾਬੀਆਂ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿਣਾ ਇਹ ਹੈ ਜੀ, ਜਿਹੜੇ ਮਲਵਿੰਦਰ ਸਿੰਘ ਕੰਗ ਜੀ ਜੋ ਜਿੱਤੇ ਹੈ, ਬਹੁਤ ਮਿਹਨਤੀ ਬੰਦੇ ਜੀ, ਅਤੇ ਜਿਹੜੇ ਮੈਡਮ ਹੈ, ਮੈਡਮ ਨੇ ਬਹੁਤ ਮਿਹਨਤ ਕੀਤੀ, ਰਾਣਾ ਜੀ ਨੇ ਮਿਹਨਤ ਕੀਤੀ, ਇਹ ਸਾਡੇ ਬਹਾਦਰ ਵੀਰ ਨੇ ਦਿਨ ਰਾਤ ਇੱਕ ਕਰਤਾ, ਇਹਨਾਂ ਦੀ ਮਿਹਨਤ ਨੂੰ ਫੁੱਲ ਚੜ੍ਹੇ ਹੈ। ਡਾਕਟਰ ਅਸ਼ਵਨੀ ਜੀ, ਰੂੜਾ ਜੀ ਅਤੇ ਆਪਣੇ ਨੰਦੀਪਾਲ ਜੀ, ਖੁਸ਼ੀ, ਇਹਨਾਂ ਨੇ ਮਿਹਨਤ ਬੜੀ ਕਰੀ ਵਾਲ, ਤਾਂ ਹੀ ਅਸੀਂ ਸਾਰੇ ਵਾਲਾਂ ਜੋ ਇੱਥੇ ਆਪਣੇ ਟੌਪ ਕੀਤਾ। ਬਾਕੀ ਭਗਵੰਤ ਮਾਨ ਦੇ ਕੰਮਾਂ ਨੂੰ ਵੋਟ ਪਈ ਹੈ, ਮੈਂ ਹੈਰਾਨ ਹੈ ਵੀ ਸੀਟਾਂ ਕੁਛ ਘੱਟ ਕਿਉਂ ਆਈਆਂ, ਕਿਉਂਕਿ ਉਹਨਾਂ ਨੇ ਕੰਮ ਬਹੁਤ ਕੀਤੇ ਹੋਏ ਹੈ। ਬਿਜਲੀ ਫ੍ਰੀ ਹੈ, ਹੋਰ ਕੀ ਚਾਹੀਦਾ ਯਾਰ ਆਪਾਂ ਨੂੰ, ਇੰਨੇ ਕੰਮ ਕਰ ਰਹੇ ਹੋ। ਚਲੋ ਆਉਣ ਵਾਲੇ ਸਮੇਂ 'ਚ ਹੋਰ ਮਿਹਨਤ ਹੋਊਗੀ, ਅਸੀਂ ਇਸ ਤੋਂ ਵੀ ਬੜੀ ਜਿੱਤ ਜਿੱਤਾਂਗੇ। ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਇਲਾਕਾ ਵਾਸੀਆਂ ਨੂੰ, ਹਲਕਾ ਨਿਵਾਸੀਆਂ ਨੂੰ ਬਹੁਤ ਜ਼ਿਆਦਾ ਵਧਾਈਆਂ ਦੇਣਾ ਚਾਹੁੰਦਾ ਕੰਗ ਸਾਹਿਬ ਦੀ ਵੱਡੀ ਜਿੱਤ ਦੇ ਉੱਪਰ। ਇਹ ਜਿੱਤ ਇਕੱਲੇ ਕੰਗ ਸਾਹਿਬ ਦੀ ਨਹੀਂ ਹੈ, ਸਾਰੇ ਵਲੰਟੀਅਰ, ਸਾਰੇ ਅਹੁਦੇਦਾਰਾਂ ਦੀ ਹੈ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਪਾਰਟੀ ਲਈ ਮਿਹਨਤ ਕੀਤੀ ਹੈ। ਉਹ ਵੀ ਉਸ ਦੌਰ 'ਚ ਜਿਸ ਦੌਰ 'ਚ ਲੋਕ ਖਰੀਦੇ ਜਾ ਰਹੇ ਤੇ ਵੇਚੇ ਜਾ ਰਹੇ ਤੇ, ਵੋਟਰ ਖਰੀਦੇ ਜਾ ਰਹੇ ਤੇ ਵੇਚੇ ਜਾ ਰਹੇ ਤੇ, ਬੜੇ ਤਰ੍ਹਾਂ ਦੇ ਪ੍ਰਲੋਭਨ ਦਿੱਤੇ ਜਾ ਰਹੇ ਸੀ, ਜਦ ਕਿ ਜਾਤੀ ਦੇ ਨਾਮ 'ਤੇ ਵੀ ਵੋਟ ਮੰਗੇ ਜਾ ਰਹੇ ਤੇ, ਉਸ ਦੌਰ 'ਚ ਸਿਰਫ ਆਪਣੇ ਕੰਮਕਾਰਾਂ ਨੂੰ ਮੁੱਖ ਰੱਖਦੇ ਹੋਏ ਆਮ ਪਾਰਟੀ ਨੇ ਜਿੱਤ ਹਾਸਿਲ ਕਰੀ ਹੈ, ਜੋ ਕਿ ਇੱਕ ਵੱਡੀ ਕਾਮਯਾਬੀ ਹੈ। ਸਾਡੇ ਜਿਹੜੇ ਅਨਮੋਲ ਗਗਨ ਮਾਨ ਜੀ ਹੈ, ਉਹਨਾਂ ਦੀ ਕਿਰਪਾ ਸਦਕਾ ਅਤੇ ਭਗਵੰਤ ਮਾਨ ਜੀ ਜਿਹੜੇ ਕਿ ਮੁੱਖ ਮੰਤਰੀ ਪੰਜਾਬ ਹੈ, ਉਹਨਾਂ ਨੇ ਅਤੇ ਮਲਵਿੰਦਰ ਸਿੰਘ ਕੰਗ ਸਾਹਿਬ ਜਿਹੜੇ ਕਿ ਖੁਦ ਬਹੁਤ ਹੀ ਵਧੀਆ ਬੁਲਾਰੇ ਵੀ ਆ ਪਾਰਟੀ ਦੇ, ਅਤੇ ਲੋਕਾਂ ਨਾਲ ਮਿਲਣ ਸਾਰੀ ਹੈ ਜਿਹੜੀ ਉਹਨਾਂ ਦੀ ਨੀਵਾਂ ਪਾਣਾ ਜਿਹੜਾ ਉਹਨਾਂ ਦਾ, ਅੱਜ ਆਮ ਆਦਮੀ ਪਾਰਟੀ ਦੇ ਵਿੱਚ ਝੰਡਾ ਬੁਲੰਦ ਹੋਇਆ ਅਨੰਦਪੁਰ ਸਾਹਿਬ ਹਲਕੇ ਦੇ ਵਿੱਚ, ਅਤੇ ਸਾਨੂੰ ਸਾਰੇ ਜਿੰਨੇ ਵੀ ਅਸੀਂ ਵਰਕਰ ਹੈ, ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ, ਅਤੇ ਸਾਨੂੰ ਬੜੀ ਆਸ ਹੈ ਕਿ ਮਲਵਿੰਦਰ ਸਿੰਘ ਜੀ ਕੰਗ ਸਾਹਿਬ ਸਾਡੇ ਇਲਾਕੇ ਦਾ, ਸਾਡੇ ਏਰੀਏ ਦਾ, ਸਾਡੇ ਬਹੁਤ ਜਿਹੜਾ ਹੈਗਾ ਉਹ ਵਧੀਆ ਪ੍ਰੋਜੈਕਟ ਲਿਆ ਕੇ ਇਸ ਇਲਾਕੇ ਨੂੰ ਅੱਗੇ ਲੈ ਕੇ ਜਾਣਗੇ, ਉੱਨਤੀ ਕਰਨਗੇ। ਅਸੀਂ ਤਾਂ ਆਪਣੇ ਸਭ ਤਹਿਸੀਲ ਬਣਾਉਣਾ ਚਾਹੁੰਦੇ ਕੁਰਾਲੀ ਦੇ ਅੰਦਰ, ਔਰ ਹੋਸਪਿਟਲ ਦਾ ਕੰਮ ਹੋਰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ, ਸਾਡੇ ਮੇਨ ਕੁਰਾਲੀ ਵਾਸਤੇ ਸਾਡੇ ਕੰਮ ਹੈ ਜਿਹੜੇ, ਅਸੀਂ ਉਹਨਾਂ ਵਾਸਤੇ ਬਹੁਤ ਤਕੜਾ ਵਰਕ ਕਰਨਾ ਚਾਹੁੰਦੇ ਹਾਂ। ਲੋਕਾਂ ਨੇ ਆਮ ਆਦਮੀ ਪਾਰਟੀ 'ਤੇ ਖੁਸ਼ ਹੋ ਕੇ ਅੱਜ ਬਹੁਤ ਵੱਡੀ ਗਿਣਤੀ 'ਚ ਵੋਟਾਂ ਪਾ ਕੇ ਸਰਦਾਰ ਮਲਵਿੰਦਰ ਸਿੰਘ ਕੰਗ ਜੀ ਨੂੰ ਕਾਮਯਾਬ ਬਣਾਇਆ ਹੈ। ਲੋਕ ਮਾਨ ਸਾਹਿਬ ਦੀਆਂ ਲੋਕ ਪੱਖੀ ਨੀਤੀਆਂ 'ਤੇ ਬੜੇ ਖੁਸ਼ ਨੇ ਜੀ, ਲੋਕ ਜਿਹੜੇ ਮੁਹੱਲਾ ਕਲੀਨਿਕ ਬਣ ਰਹੇ ਨੇ ਉਹਨਾਂ 'ਤੇ ਬੜੇ ਖੁਸ਼ ਨੇ, ਜਿਹੜੇ ਟੋਲ ਟੈਕਸ ਬੰਦ ਹੋ ਰਹੇ ਨੇ ਲੋਕਾਂ ਨੇ ਉਹਨਾਂ ਨੂੰ ਵੋਟ ਦਿੱਤੀ ਹੈ ਜੀ, ਜਿਹੜੇ ਘਰ ਘਰ ਦੇ ਵਿੱਚ 600 ਯੂਨਿਟ ਬਿਜਲੀ ਫ੍ਰੀ ਹੋਈ ਹੈ 2 ਮਹੀਨੇ ਦੀ, ਲੋਕਾਂ ਨੇ ਉਹਨਾਂ ਨੂੰ ਵੋਟ ਪਾਏ ਨੇ ਲੋਕਾਂ ਨੇ। ਲੋਕਾਂ ਨੇ ਜਿਹੜੀ ਸਿਹਤ ਸੁਵਿਧਾਵਾਂ ਦੇ ਨੂੰ ਦੇਖਦੇ ਹੋਏ ਲੋਕਾਂ ਨੇ ਵੋਟਾਂ ਪਾਈਆਂ ਜੀ, ਅੱਜ ਆਮ ਆਦਮੀ ਪਾਰਟੀ ਨੂੰ ਜਿਹੜੀ ਐਜੂਕੇਸ਼ਨ ਦੇ ਵਿੱਚ ਕ੍ਰਾਂਤੀ ਆਈ ਹੈ, ਲੋਕਾਂ ਨੇ ਉਸਦੇ ਲਈ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਹੈ, ਅਤੇ ਜਿਸ ਹਿਸਾਬ ਨਾਲ ਆਪਣਾ ਪੰਜਾਬ ਤਰੱਕੀ ਕਰ ਰਿਹਾ ਹੈ, ਲੋਕਾਂ ਨੇ ਉਹ ਸਾਰਿਆਂ ਨੇ ਉਹ ਦੇਖਦੇ ਹੋਏ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਨੇ, ਅਤੇ ਅਸੀਂ ਵੀ ਬੜਾ ਧੰਨਵਾਦ ਕਰਦੇ ਹਾਂ ਸਾਰੇ ਆਪਣੇ ਵੀਰਾਂ ਦਾ, ਸਾਰੇ ਵੋਟਰਾਂ ਦਾ ਜਿਨ੍ਹਾਂ ਨੇ ਸਰਦਾਰ ਮਲਵਿੰਦਰ ਕੰਗ ਦੇ ਸਾਹਿਬ ਦੇ ਵਿੱਚ ਵਿਸ਼ਵਾਸ ਦਿੱਤਾ ਹੈ।
ਤੁਸੀਂ ਕਿਹਾ ਵੀ ਜਿਹੜੀ ਮੁਫ਼ਤ ਬਿਜਲੀ ਹੈ ਉਹਨੂੰ ਦੇਖ ਕੇ ਵੋਟਾਂ ਪਾਈਆਂ। ਰਾਹੁਲ ਗਾਂਧੀ ਜੀ ਵੱਲੋਂ ਵੀ ਕਿਹਾ ਗਿਆ ਸੀਗਾ ਕਿ ਹਰ ਇੱਕ ਬੇਰੁਜ਼ਗਾਰ ਨੂੰ ਅਤੇ ਹਰ ਇੱਕ ਮਹਿਲਾ ਨੂੰ 8500 ਰੁਪਇਆ ਦਿੱਤਾ ਜਾਊਗਾ। ਤੁਹਾਨੂੰ ਕੀ ਲੱਗਦਾ ਕਿਉਂ ਨਹੀਂ ਵੋਟਾਂ ਪਈਆਂ ਫਿਰ ਕਾਂਗਰਸ? ਦੇਖੋ ਕਾਂਗਰਸ ਦੇ ਉਹ ਆਪਣੇ ਮੁੱਦੇ, ਇਹਨਾਂ ਬਾਰੇ ਉਹ ਦੱਸ ਸਕਦੇ ਨੇ। ਸਾਨੂੰ ਇਹ ਪਤਾ ਕਿ ਆਮ ਆਦਮੀ ਪਾਰਟੀ ਜੋ ਵਾਅਦੇ ਕਰਦੀ ਹੈ ਤਾਂ ਆਮ ਆਦਮੀ ਪਾਰਟੀ ਵਾਅਦੇ ਨੇ ਗਰੰਟੀਆਂ ਨਹੀਂ ਹੁੰਦੀ ਹੈ। ਹੁਣ ਤੱਕ ਜਿੰਨੇ ਵਾਅਦੇ ਕੀਤੇ ਆਮ ਆਦਮੀ ਪਾਰਟੀ ਨੇ ਸਾਰੇ ਪੂਰੇ ਕੀਤੇ ਹੈ ਅਤੇ ਅੱਗੇ ਵੀ ਆਮ ਆਦਮੀ ਪਾਰਟੀ ਆਪਣੇ ਵਾਅਦੇ ਪੂਰੇ ਕਰਦੀ ਰਹੇਗੀ। ਦੇਖੋ ਜੀ, ਜਿਹੜੀ ਸਰਦਾਰ ਮਾਲਵਿੰਦਰ ਸਿੰਘ ਜੀ ਕਾਂਗਰਸ, ਜਿਹੜੇ ਕਿ 10ਵੇਂ ਪਾਤਸ਼ਾਹ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਹਨਾਂ ਨੂੰ ਸੇਵਾ ਮਿਲੀ ਹੈ, ਇਹ ਅਸੀਂ ਤਾਂ ਕਹਾਂਗੇ ਸਾਰੀ ਸੰਗਤ ਦਾ ਉਹਨਾਂ ਪ੍ਰਤੀ ਵਿਸ਼ਵਾਸ ਪ੍ਰਗਟਾਇਆ ਗਿਆ ਔਰ ਉਹਨਾਂ ਨੇ ਆਪਣੀ ਵੋਟ ਦੇ ਰਾਹੀਂ ਉਹਨਾਂ ਨੂੰ ਸੇਵਾ ਦਿੱਤੀ ਹੈ। ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ। ਸਾਡੇ ਮੈਡਮ ਅਨਮੋਲ ਗਗਨ ਮਾਨ ਜੀ ਦੀ ਸਮੁੱਚੀ ਟੀਮ, ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ, ਜਿਨ੍ਹਾਂ ਨੇ ਜਿਵੇਂ ਕਿ ਧੁੱਪਾਂ ਦੇ ਵਿੱਚ ਟੈਂਪਰੇਚਰ 48-49 ਡਿਗਰੀ ਦੇ ਵਿੱਚ ਵੀ ਮੇਰਾ ਖਿਆਲ ਹੈ ਜੀ ਮੀਟਿੰਗਾਂ ਸਭ ਨੇ ਆਪਣੇ ਆਪਣੇ ਗਲੀ ਮੁਹੱਲਿਆਂ 'ਚ ਕਰਾਈਆਂ, ਪਿੰਡਾਂ ਦੇ ਵਿੱਚ ਵੀ ਕਰਾਈਆਂ ਔਰ ਸਮੁੱਚੇ ਵਲੰਟੀਅਰ ਸਾਹਿਬਾਨ ਦਾ, ਸਾਰੇ ਸਤਿਕਾਰਯੋਗ ਲੀਡਰ ਸਾਹਿਬਾਨਾਂ ਦਾ ਵੀ ਬਹੁਤ ਧੰਨਵਾਦ, ਜਿਨ੍ਹਾਂ ਨੇ ਇਸ ਜਿਹੜਾ ਕਿ ਵੋਟਾਂ ਦਾ ਕੁੰਭ ਸੀ ਇਸ ਦੇ ਵਿੱਚ ਹਿੱਸਾ ਪਾਇਆ। ਔਰ ਸਾਨੂੰ ਤੁਸੀਂ ਕਿਹਾ ਕਿ ਇਹ ਟੋਲ ਟਮੱਕਿਆਂ ਦਾ ਜਿਹੜੀ ਗੱਲ ਕੀਤੀ ਹੈ ਤੁਸੀਂ, ਇਹ ਘੱਲੂਘਾਰਾ ਸਪਤਾਹ ਚੱਲ ਰਿਹਾ ਜੀ। ਸਿੱਖ ਕੌਮ ਦਾ ਪੰਥ ਦਾ ਇੱਕ ਹੁਕਮਨਾਮਾ ਜਾਰੀ ਹੋਇਆ ਜੀ ਕਿ ਕਿਸੇ ਨੇ ਵੀ ਢੋਲ ਧਮੱਕੇ ਨਹੀਂ ਵਜਾਉਣੇ ਔਰ ਜਿੱਤ ਦਾ ਜਿਹੜਾ ਆਗਾਜ਼ ਹੈ ਜਾਂ ਖੁਸ਼ੀ ਹੈ ਉਹ ਸਿਰਫ ਅਤੇ ਸਿਰਫ ਆਪਣਾ ਮੁੱਠਾ ਮੂੰਹ ਕਰਕੇ ਮਨਾਓ ਜੀ। ਅਸੀਂ ਸਾਰੇ ਆਪਣਾ ਜਿਹੜਾ ਕਿ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਉਸਦੇ ਮਰਿਆਦਾ ਦੇ ਅਨੁਸਾਰ ਚੱਲ ਰਹੇ ਹਾਂ ਜੀ ਔਰ ਸਾਨੂੰ ਉਮੀਦ ਹੈ ਕਿ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦਾ ਵਿਕਾਸ ਹੋਵੇਗਾ ਔਰ ਇੱਥੇ ਵੱਡੀ ਇੰਡਸਟਰੀ ਆਏਗੀ ਔਰ ਸਾਡੇ ਜਿਹੜੇ ਹਲਕੇ ਦੇ ਰੁਕੇ ਹੋਏ ਵਿਕਾਸ ਦੇ ਕੰਮ ਹੈ ਸਾਡੇ ਕੰਗ ਸਾਹਿਬ ਪੂਰੇ ਕਰਨਗੇ। ਸਾਡੇ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਵੱਲੋਂ, ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਸਮੂਹ ਵਰਕਰ ਸਾਹਿਬਾਨ ਵੱਲੋਂ, ਵਲੰਟੀਅਰ ਸਾਹਿਬਾਨ ਵੱਲੋਂ ਸਾਡੇ ਸਰਦਾਰ ਮਾਲਵਿੰਦਰ ਸਿੰਘ ਜੀ ਕੰਗ ਨੂੰ ਲੱਖ ਲੱਖ ਵਧਾਈਆਂ ਔਰ ਸ਼ਹਿਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੀ ਕੀਮਤੀ ਵੋਟ ਦੇ ਕੇ ਸਾਡੇ ਸਰਦਾਰ ਮਾਲਵਿੰਦਰ ਸਿੰਘ ਜੀ ਕੰਗ ਸਾਹਿਬ ਨੂੰ ਮੈਂਬਰ ਪਾਰਲੀਮੈਂਟ ਚੁਣਿਆ ਜੀ। ਧੰਨਵਾਦ ਜੀ। ਲੋਕ ਵੀ ਜਾਣਨਾ ਚਾਹੁੰਦੇ ਆ ਤੁਹਾਡੇ ਬੂਥ 'ਚ ਕੌਣ ਜਿੱਤਿਆ ਜੀ? ਸਾਡੇ ਬੂਥਾਂ ਦੇ ਵਿੱਚੋਂ ਜੀ, ਸਾਡੇ ਚਾਹੇ ਉਹ ਖਾਲਸਾ ਸਕੂਲ ਦਾ ਬੂਥ ਹੋਵੇ, ਉਹਦੇ 4 ਬੂਥ ਸਨ, ਚਾਹੇ ਪਿੰਡ ਚਨਾਲੋ ਹੋਵੇ, ਚਾਹੇ ਗੁਰੂ ਹਰਕ੍ਰਿਸ਼ਨ ਸਕੂਲ ਹੋਵੇ, ਜਿੱਥੇ ਵੀ ਸਾਡੇ ਏਰੀਏ 'ਚ ਬੂਥ ਲੱਗੇ ਸਾਰਿਆਂ ਵਿੱਚ ਸਾਡੇ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਔਰ ਸਾਡੇ ਸ਼ਹਿਰ ਦੇ ਵਿੱਚ ਵੀ ਸਾਰੇ ਵਰਕਰ ਜਵਾਨ ਨੇ ਵਧੀਆ ਕੰਮ ਕੀਤਾ, ਸਾਰੇ ਜਗ੍ਹਾ 'ਤੇ ਸਾਡੀ ਜਿੱਤ ਹੋਈ ਹੈ। ਦੇਖੋ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ, ਉਹਨਾਂ ਦਾ ਸਦਕਾ ਸਾਡੀ ਮੈਡਮ ਅਨਮੋਲ ਗਗਨ ਮਾਨ ਜਿਹੜੀ ਕੈਬਨਿਟ ਮੰਤਰੀ ਪੰਜਾਬ, ਉਹਨਾਂ ਨੇ ਵੀ ਪੂਰੀ ਅਣਥਕ ਮਿਹਨਤ ਕਰੀ ਹੈ ਔਰ ਸਾਡੇ ਸਾਰੇ ਹੀ ਛੋਟਾ ਬੜਾ ਦਰਜਾਵਰ ਦਰਜਾ ਸਾਰੇ ਵਰਕਰਾਂ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਨੇ ਵੀ ਪੂਰਾ ਜੋਰ ਲਗਾਇਆ ਔਰ ਜੋ ਸਾਡੀ ਇੱਥੇ ਜਿੱਤ ਹੋਈ ਹੈ, ਮੈਂ ਸਾਰੇ ਹੀ ਵੋਟਰ ਭਰਾਵਾਂ ਦਾ, ਖਾਸ ਕਰਕੇ ਵਾਰਡ ਨੰਬਰ 6 ਦੇ ਜਿਹੜੇ ਮੇਰੇ ਵੋਟਰ ਹੈ, ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਇੱਕ ਵੋਟ ਸਾਨੂੰ ਪਾ ਕੇ ਆਮ ਆਦਮੀ ਪਾਰਟੀ ਨੂੰ ਵਾਰਡ ਨੰਬਰ 6 'ਤੇ ਵੀ ਜਿਤਾਇਆ ਔਰ ਸ਼ਹਿਰ 'ਤੇ ਵੀ ਜਿਤਾਇਆ। ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ।